ਹੋ ਗਿਆ ਵੇ, ਬੁਰਾ ਹਾਲ ਕਰਤਾ ਹੋਏ ਜਾਂਦਾ ਤਾਂ ਵਾਈ ਆਏ ਵਰਗੇ ਹੋਏ ਅਸੀਂ ਤਾਂ ਕੱਟਤੀਆਂ ਸਾਰੀਆਂ ਤਾਂ ਪਹਿਲਾਂ ਵੋਟਾਂ ਬਣਾ ਤੀਆਂ, ਫਿਰ ਸਾਡੇ ਘਰ ਪਟਵਾ ਤੇ ਬੁਰੇ ਕਰਦੇ, ਪਹਿਲਾਂ ਸਰਪੰਚ ਨੇ ਜੀ ਘਰ ਪੂਰੇ ਵੋਟਾਂ ਕਰਾ ਕੇ ਸਾਡੇ ਬੁਰੇ ਹਾਲ ਕਰ ਰੱਖੇ ਜੀ, ਕੀ ਕਰੀਏ ਜੀ, ਦੇਖੋ ਜੀ ਰੋਂਦੇ ਫਿਰਦੇ ਆ ਸਵੇਰ ਦੇ ਤੜਪਦੇ, ਸਰਦਾ ਨਿੱਕੇ ਨਿੱਕੇ ਬੱਚੇ ਰੁੜਦੇ ਫਿਰਦੇ ਆ, ਰੋਟੀ ਨਾ ਪਾਣੀ ਨਾ, ਸਰਦਾ ਪਾਣੀ ਦਾ ਵੀ ਬੁਰਾ ਹਾਲ ਕਰਤਾ, ਪਾਣੀ ਵੀ ਨਹੀਂ ਭਰਨ ਦਿੰਦੇ ਮੋਟਰ ਕੱਢ ਕੇ ਲੈ ਗਏ। ਹਾਂਜੀ ਬੇਬੇ ਕੀ ਨਾਮ ਹੈ ਤੇਰਾ? ਮੇਰਾ ਨਾਮ ਸ਼ੀਲਾ ਜੀ। ਕੀ ਗੱਲਬਾਤ ਹੋ ਗਈ ਬੇਬੇ? ਬਈ ਸਾਡੇ ਤਾਂ ਸਾਰੇ ਛੱਪੜ ਪੱਟ ਤੇ ਵੀਰੇ, ਸਵੇਰ ਦੇ ਖੇਤਾਂ ਦੇ ਵਿੱਚ ਰੁਲਦੇ ਫਿਰਦੇ ਆ ਬੱਚੇ, ਨਿੱਕੇ ਨਿੱਕੇ ਬੱਚੇ ਤੜਫਦੇ ਫਿਰਦੇ ਆ, ਨਾ ਪਾਣੀ ਨਾ ਰੋਟੀ ਨਾ, ਸਵੇਰ ਦੇ ਮੋਟਰ ਤੀ ਪੰਚਾਇਤੀ ਮੈਂ ਉੱਥੇ ਸਰਪੰਚਾਂ ਨਾਲ ਲਵਾਈ ਹੋਈ, ਉਹ ਵੀ ਪੱਟ ਕੇ ਲੈ ਗਏ, ਪਾਣੀ ਪੈ ਗਏ, ਕੀ ਪਤਾ ਕੀ ਕਰਿਆ ਹੈਗਾ ਸਾਡੇ ਨਾਲ, ਕੀ ਬੁਰਾ ਕਰਿਆ ਹੈਗਾ ਸਾਡੇ ਨਾਲ, ਸਵੇਰ ਦੇ ਸਾਨੂੰ ਤਾਂ ਮਾਰ ਰੱਖੇ ਹੈਗੇ। ਕਿੱਥੇ ਰਹਿੰਦੇ ਤੁਸੀਂ? ਹਾਂ ਇੱਥੇ ਬੈਠੇ ਆ ਮੰਡੀ ਦੇ ਸਹਾਰੇ, ਟੋਬੇ 'ਚ ਪਰਸ ਪਵਾ ਕੇ ਬਿਠਾਏ ਸਾਨੂੰ। ਹਾਂ ਮਿੱਟੀ ਸਿਖਾ ਕੇ ਦਿੱਤੀ ਸੀ ਪਹਿਲਾਂ, ਕਹਿੰਦੇ ਬੈਠੇ ਰਹੋ ਤੁਸੀਂ, ਪਹਿਲਾਂ ਸਾਨੂੰ ਪਹਿਲਾਂ ਮਿੱਟੀ ਪਿੰਡ ਪਵਾਤੀ, ਫਿਰ ਸਾਡੀ ਵੋਟਾਂ ਵੀ ਬਣਾ ਦਿੱਤੀਆਂ ਜੀ, ਹੁਣ ਸਾਨੂੰ ਬੁਰਾ ਹਾਲ ਕਰ ਦਿੱਤਾ ਇਹਨਾਂ ਨੇ ਵੀ, ਸਾਡਾ ਬੇ ਬਹੁਤ ਬਹੁਤ ਬੁਰਾ ਹਾਲ ਹੋ ਰਿਹਾ, ਅਸੀਂ ਤਾਂ ਮਰ ਰਹੇ ਹੈਗੇ। ਤੁਹਾਨੂੰ ਹੋਰ ਜਗ੍ਹਾ ਨਹੀਂ ਦੇ ਰਹੇ ਕਿਤੇ? ਕਿਥੇ ਨਹੀਂ ਦਿੱਤੀ ਹੈਗੀ, ਕਿਥੇ ਨਹੀਂ ਬਿਠਾ ਰਹੇ ਹੈਗੇ, ਜਿੱਥੇ ਪੈਂਦੇ ਸ਼ੂਏ ਤੇ ਬਿਠਾਵਾਂਗੇ ਉੱਥੇ ਪੰਚਾਇਤ, ਉਹ ਕਹਿੰਦੇ ਵੀ ਇੱਥੇ ਨਹੀਂ ਬੈਠਦੇ ਵੀ। ਤੁਸੀਂ ਕਿੰਨੇ ਸਮੇਂ ਤੋਂ ਉੱਥੇ ਬੈਰੇ ਸੀ? ਪੰਚਾਇਤੀ ਜ਼ਮੀਨ ਸੀ ਉਹ? ਹਾਂ ਪੰਚਾਇਤੀ ਜੀ, ਟੋਬੇ 'ਚ ਮਰਤ ਪਵਾਇਆ ਸੀ, ਪੰਚਾਇਤੀ ਪੰਚਾਇਤੀ ਜ਼ਮੀਨ ਸੀਗੀ ਜੀ, ਪੰਚਾਇਤੀ ਸੀਗੀ ਜੀ, ਸਾਨੂੰ ਕਹਿ ਕੇ ਪਰਸ ਪਵਾਇਆ ਸੀ, ਵਿਆਜ ਤੇ ਪੈਸੇ ਚੱਕ ਕੇ ਪਰਸ ਪਵਾਇਆ ਜੀ। ਠੀਕ ਆ, ਹੁਣ ਤੁਹਾਨੂੰ ਕੀ ਕਹਿ ਕੇ ਉੱਥੋਂ ਉਠਾਇਆ ਗਿਆ ਤੁਹਾਨੂੰ? ਸਾਨੂੰ ਕੁਛ ਨਹੀਂ ਕਿਹਾ, ਕਹਿੰਦੇ ਉੱਠ ਜਾਓ, ਇੱਕ ਦਿਨ ਸਾਡੇ ਤੇ ਹਮਲਾ ਕਰਤਾ, ਇੱਕ ਦਿਨ ਸਾਡੇ ਤੇ ਛੱਡਤੀਆਂ ਜੀ ਸਰਪੰਚਾਂ ਨੇ। ਹਾਂ ਸੋ ਰੋਜ਼ ਸਾਡੇ ਤੇ ਕਰਦੇ ਹੋ? ਹਾਂ ਅਸੀਂ ਕਹਿੰਦੇ ਵੀ ਸਾਨੂੰ ਠਿਕਾਣਾ ਦੇ ਦਿਓ, ਹੋਰ ਕੋਈ ਮੰਗੇ ਨਹੀਂ ਸਾਨੂੰ ਚਾਹੀਦੀ, ਸਾਡਾ ਹੀਲਾ ਕਰ ਦਿਓ ਬਿਠਾਉਣ ਦਾ, ਬੱਚੇ ਸਾਡੇ ਰੁਲਦੇ ਫਿਰਦੇ ਆ, ਪੌਦਾ ਮਹੀਨਾ ਵੀਰ ਜੀ ਸਾਡਾ ਕੋਈ ਹੱਲ ਕਰ ਦਿਓ, ਤੁਹਾਡੇ ਪੈਰਾਂ ਵਰਗੇ ਆ। ਮੁੰਦਰੀ ਹੈ ਜੀ ਨਾ ਮੇਰਾ, ਅਸੀਂ ਪੱਟੀਆਂ ਕਲਾਂ 'ਚ ਰਹਿ ਰਹੇ ਹਾਂ ਪਹਿਲਾਂ, ਕਾਫੀ ਸਮੇਂ ਤੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਉਰੇ, ਜਦ ਹੀ ਰਹਿ ਰਹੇ ਹਾਂ, ਪਰ ਹੁਣ ਸਾਨੂੰ ਸਰਪੰਚ ਸਾਹਿਬ ਜੀ ਠਾਲ ਰਹੇ ਨੇ, ਉਰੋਂ ਉੱਤੇ ਠਾਲ ਕੇ ਮੰਦਰ ਬਣਾ ਰਹੇ ਨੇ। ਕਿੱਥੇ ਰਹਿ ਰਹੇ ਸੀ ਤੁਸੀਂ ਪੱਟੀ ਵਾਲੇ ਕਲਾਂ ਦੇ ਵਿੱਚ? ਕਿੱਥੇ ਪੱਟੀ ਵਾਲੇ ਕਲਾਂ ਦੇ ਵਿੱਚ? ਅਸੀਂ ਅਨਾਜ ਮੰਡੀ ਦਾ, ਅਨਾਜ ਮੰਡੀ ਦੇ ਲਵੇ ਜਗ੍ਹਾ ਹੈ ਸ਼ਾਮਲਾਟ ਪੰਚਾਇਤੀ, ਉੱਥੇ ਰਹਿ ਰਹੇ ਹਾਂ ਟੋਬਾ। ਅੱਛਾ ਹੁਣ ਕੀ ਕੀ ਕਿਉਂ ਠਾਲ ਦਿੱਤਾ, ਕੀ ਦਲੀਲ ਕੀ ਦਿੱਤੀ ਉਹਨਾਂ ਨੇ? ਉਹ ਤਾਂ ਬਸ ਇੱਦਾਂ ਹੀ ਕਹਿੰਦੇ ਨੇ ਬਈ ਤੁਹਾਨੂੰ ਤੁਸੀਂ ਉੱਠ ਜਾਓ ਉਰੋਂ, ਬਈ ਅਸੀਂ ਮੰਦਰ ਬਣਾਉਣਾ, ਹੁਣ ਸਾਡਾ ਸਮਾਨ ਖੇਤਾਂ 'ਚ ਰੁਲ ਰਿਹਾ ਜੀ, ਛੋਟੇ ਛੋਟੇ ਬੱਚੇ ਆ ਜੀ ਰੁਲ ਰਹੇ ਨੇ, ਸਾਡੇ ਪਰੂਫ ਸਾਡੇ ਉਰੇ ਦੇ ਨੇ, ਅਸੀਂ ਬਸਤੀ ਪੱਟੀ ਵਾਲੇ ਕਲਾਂ 'ਤੇ ਹਾਂ, ਆਹ ਦੇਖੋ ਸਾਡੇ ਕੋਲ ਵੋਟਰ ਕਾਰਡ ਹੈਗਾ ਜੀ, ਹਾਂ ਅਸੀਂ ਛੋਟੇ ਛੋਟੇ ਹੁੰਦੇ ਤੇ ਉਰੇ ਹੀ ਪਲੇ ਹਾਂ, ਉਰੇ ਜੰਮੇ ਹਾਂ ਜੀ ਅਸੀਂ। ਕੋਈ ਸਮਾਂ ਨਹੀਂ ਦਿੱਤਾ? ਸਮਾਂ ਕੋਈ ਸਮਾਂ ਨਹੀਂ ਦਿੱਤਾ ਜੀ, 2-4 ਦਿਨ ਦਾ ਵੀ ਸਮਾਂ ਮੰਗਿਆ ਬਈ ਅਸੀਂ ਕੋਈ ਜਗ੍ਹਾ ਦਾ ਹੱਲ ਕਰ ਲਈਏ, ਕੋਈ ਸਮਾਂ ਨਹੀਂ ਦਿੱਤਾ, ਉਦੋਂ ਬਾਅਦ ਪੱਟ ਕੇ ਸਮਾਨ ਸਾਡਾ ਬਾਹਰ ਮਾਰਿਆ ਜੀ। ਪਿੰਡ ਦੇ ਵਾਸੀ ਹੋ ਪਰ ਤੁਹਾਨੂੰ ਜਗ੍ਹਾ ਕਿਉਂ ਨਹੀਂ ਦਿੱਤੀ ਫਿਰ ਇੱਥੇ ਉਹਨਾਂ ਨੇ ਰਹਿਣ ਦੀ? ਕੋਈ ਪਤਾ ਨਹੀਂ ਇਹ ਗੱਲ ਦਾ ਵਿੱਚ ਕੀ ਕਹਿ ਰਹੇ ਨੇ ਕੀ ਨਾ, ਬਈ ਕੀ ਬਣੂਗਾ, ਠੀਕ ਹੈ ਨਾ, ਸਾਨੂੰ ਮਤਲਬ ਕਿ ਧੱਕੇ ਸਾਈ ਕੀਤੀ ਹੈ ਉਹਨਾਂ ਨੇ। ਕਿਸੇ ਹੋਰ ਥਾਵੇਂ ਸ਼ਿਫਟ ਕਰਨ ਦੀ ਗੱਲ ਹੋਈ ਹੋਵੇ? ਹੋਰ ਥਾਵੇਂ ਸ਼ਿਫਟ ਕਰਨ ਦੀ ਗੱਲ ਕੀਤੀ ਸੀ ਉਹਨਾਂ ਨੇ ਜੀ, ਫਿਰ ਉਦੋਂ ਵੀ ਵਿਰੋਧ ਕਰਨ ਲੱਗ ਗਏ, ਜਵਾਬ ਦਿੱਤਾ ਸਾਨੂੰ ਉਹਨਾਂ ਨੇ ਸਰਪੰਚ ਸਾਹਿਬ ਨੇ, ਹੁਣ ਕਹਿੰਦੇ ਕਹਿੰਦੇ ਨੇ ਜਿੱਥੇ ਮਰਜ਼ੀ ਜਾਓ ਰਹੋ, ਛੋਟੇ ਛੋਟੇ ਸਾਡੇ ਬੱਚੇ ਆ ਜੀ, ਸਰਕਾਰੀ ਸਕੂਲਾਂ 'ਚ ਪੜ੍ਹਦੇ ਨੇ ਜੀ ਸਾਡੇ, ਹੁਣ ਦੱਸੋ ਜੀ ਕੋਈ ਸਾਡਾ ਹੱਲ ਹੋਣਾ ਚਾਹੀਦਾ ਜੀ। ਮੈਂ ਆਪ ਦੇਖੇ ਨੇ ਜੀ ਠਾਇਆ 'ਤੇ, ਉਹ ਪਾਣੀ ਆ ਗਿਆ, ਉਹ ਵਿਚਾਰੇ ਉੱਥੇ ਪਾਣੀ ਪੀ ਲੈਂਦੇ ਅਤੇ ਮੋਟਰ ਚਲਾ ਕੇ, ਉਹਦੇ ਉਹਨਾਂ ਦੀ ਮੋਟਰ ਵੀ ਕੱਢੀ ਗਈ, ਉਹਨਾਂ ਨੇ ਪਹਿਲਾਂ ਸਮਰਾਈ ਵੀ ਮੋਟਰ ਉਹਨਾਂ ਨੇ ਆਇਆ ਸੀ, ਮੈਨੂੰ ਕਹਿੰਦਾ ਜੇ ਕਹਿੰਦਾ ਕੋਈ ਫੜ ਲਏ ਮੋਟਰ, ਕਹਿੰਦਾ ਉਹ ਜਾਲੀ ਚੱਲਦੀ ਸੀ, ਮੈਂ 5 ਸਾਲ ਦੀ ਤਾਂ ਇਹ ਜਾਲੀ ਚੱਲੀ ਨਹੀਂ, ਫੜੀ ਨਹੀਂ ਗਈ, ਹੁਣ ਫੜੀ ਜਾਂਦੀ ਅੱਜ ਘੁਮਾਰਾਂ ਦੇ ਬਾਦੀ ਨੂੰ।
ਹਾਂਜੀ ਹਾਂ ਹਾਂ ਇਹਨਾਂ ਰੋਸਾ ਤਾਂ ਬਾਗੜੀਆਂ ਨਾਲ ਹੋਊਗਾ, ਸਾਡੇ ਨਾਲ ਕਾਹਦਾ ਰੋਸਾ ਸੀ ਇਹਨਾਂ ਦਾ? ਇਹ ਸਰਪੰਚ ਨੇ ਸਾਡੇ ਨਾਲ ਕਿਉਂ ਧੋਖੇ ਇਹੋ ਜਿਹੇ ਕਰੇ ਨੇ? ਕਿਉਂ ਲੋਕਾਂ ਨੂੰ ਪਾੜ ਪਾੜ ਬਰਬਾਦ ਕਰ ਰਿਹਾ ਸਾਡੇ ਪੱਟੀਆਲ ਨੂੰ? ਸਾਡੇ ਤਾਂ ਇਸ ਗੱਲ ਹੋਈ ਓ ਨਹੀਂ ਕਦੇ, ਜਿਹੜੀ ਅੱਜ ਬਰਬਾਦ ਸਾਡਾ ਪੱਟੀਆਲ ਹੋ ਰਿਹਾ ਕਾਹਦੇ ਬਾਰੇ ਹੋ ਰਿਹਾ ਇਹ? ਹੈਂ, ਇਹਨਾਂ ਸਿਆਸੀ ਬੰਦਿਆਂ ਨੇ ਸਾਡੀ ਪੱਟੀ ਮਿਸ ਕਰਤੀ ਸਾਡੇ ਪਿੰਡ ਦੀ। ਕੀ ਮੰਗ ਕਰਦੇ ਹੋ? ਅਸੀਂ ਐਂ ਕਹਿੰਦੇ ਵੀ ਸਾਡੇ ਪਿੰਡ ਦੇ ਵਿੱਚ ਇਨਸਾਫ ਹੋਣਾ ਚਾਹੀਦਾ, ਗਰੀਬਾਂ ਨੂੰ ਇੱਕ ਮੁੱਠੀ ਹੋਣਾ ਚਾਹੀਦਾ, ਕਰਨਾ ਚਾਹੀਦਾ ਇਹਨੂੰ। ਇਹਨਾਂ ਨੇ ਪਾੜ ਕੇ ਦੋ ਕਿਤੇ ਮੰਦਿਰ ਬਣਾਉਣ ਲੱਗ ਗਿਆ, ਕਿਤੇ ਕੁਛ ਬਣਾਉਣ ਲੱਗ ਗਿਆ। ਜੇ ਲੜਾਈ ਕਰਨੀ ਤੀ ਇਹ ਗਰੀਬਾਂ ਨਾਲ, ਆਪ ਵਿੱਚ ਪਾੜ ਕੇ ਇਹਨਾਂ ਦੀ ਲੜਾਈਆਂ ਕਰਾਉਣੀਆਂ ਨੇ ਇਹਨਾਂ ਨੇ। ਜਿਹੜਾ ਘਟਨਾਕ੍ਰਮ ਹੋਇਆ ਬਹੁਤ ਨਿੰਦਣਯੋਗ ਹੈ, ਬਹੁਤ ਘਟਨਾਕ੍ਰਮ ਇਹ ਬਹੁਤ ਗਲਤ ਹੋਇਆ। ਇੱਕ ਗੁਰੂ ਪੀਰਾਂ ਦੀ ਧਰਤੀ ਹੈ ਪੰਜਾਬ, ਇੱਕ ਪਾਸੇ ਆਪਾਂ ਲੰਗਰ ਲਾਉਣ ਜਾ ਰਹੇ ਹਾਂ, ਬਹੁਤ ਪੁੰਨ ਦਾਨ ਕਰਦੇ ਹਾਂ, ਅਤੇ ਦੂਜੇ ਪਾਸੇ ਅੱਜ ਛੋਟੇ ਛੋਟੇ ਬੱਚਿਆਂ ਦੇ ਸਿਰ ਤੋਂ ਛੱਤ ਚੱਕ ਕੇ ਇੱਕ ਸਾਈਡ 'ਤੇ ਕਰਤੀ। ਇੱਕ ਇਨਸਾਨੀਅਤ ਹੋਣ ਦੇ ਨਾਤੇ ਜੇ ਕੋਈ ਰੰਜਸ ਜਾਂ ਕੋਈ ਗੱਲਬਾਤ ਸੀ ਉਹ ਬਾਅਦ 'ਚ ਕਰ ਲੈਂਦੇ, 2 ਮਹੀਨੇ ਠਹਿਰ ਕੇ ਕਰ ਲੈਂਦੇ, ਜਾਂ ਫਿਰ ਇਹਨਾਂ ਦੀ ਜਗ੍ਹਾ ਦਾ ਅੱਗੇ ਇੰਤਜ਼ਾਮ ਕਰਕੇ ਫਿਰ ਇਹਨਾਂ ਨੇ ਕੰਮ ਕਰਨਾ ਸੀ। ਅੱਜ ਇਹਨਾਂ ਤੋਂ ਸਿਰ ਤੋਂ ਛੱਤ ਚੱਕੀ ਗਈ ਹੈ। ਅੱਜ ਛੋਟੇ ਛੋਟੇ ਬੱਚੇ, ਅੱਜ ਇੰਨੇ ਭਾਵਕਾਂ ਅਸੀਂ ਕਿ ਦੁਪਹਿਰ ਦਾ ਖਾਣਾ ਪੀਣਾ ਵੀ ਨਹੀਂ ਖਾਧਾ, ਬਹੁਤ ਇੰਨੇ ਭਾਵਕਾਂ ਕਿ ਆਪਣੇ ਆਪ ਨੂੰ ਅਸੀਂ ਕੰਟਰੋਲ ਵੀ ਨਹੀਂ ਕਰ ਪਾ ਰਹੇ ਵੀ ਅੱਜ ਇਹਨਾਂ ਦੇ ਇੱਕ ਇਨਸਾਨੀਅਤ ਦੇ ਨਾਤੇ ਸੋਚ ਲੈਣਾ ਸੀ ਵੀ ਚਲੋ ਰੰਜਸ ਤਾਂ ਜਿਹੜੀ ਹੈਗੀ ਇੱਕ ਸਾਈਡ ਹੈ, ਇਨਸਾਨੀਅਤ ਦੇ ਨਾਤੇ ਤਾਂ ਸੋਚਦੇ ਅੱਜ ਇਨਸਾਨਾਂ 'ਤੇ ਇੰਨਾ ਜ਼ੁਲਮ ਕਰਨਾ, ਇੱਕ ਇਨਸਾਨ ਦੂਜੇ ਇਨਸਾਨ 'ਤੇ ਜ਼ੁਲਮ ਕਰ ਰਿਹਾ, ਇੱਕ ਪਾਸੇ ਆਪਾਂ ਪੁੰਨ ਕਰ ਰਹੇ ਹਾਂ, ਜੱਗ ਲਾ ਰਹੇ ਹਾਂ, ਲੰਗਰ ਚਲਾਉਣ ਦੀ ਕਰ ਰਹੇ ਹਾਂ, ਸ਼ਹੀਦੀ ਦਿਹਾੜਾ, ਅੱਜ ਇੱਕ ਅਵਾਰਾ ਪਸ਼ੂ ਨੇ ਉਹਨਾਂ ਦੇ ਲੋਕ ਉੱਤੇ ਕੰਬਲ ਪਾਉਂਦੇ ਨੇ, ਬਾਕੀ ਕੁੱਤੇ ਬਿੱਲੇ ਨੇ ਉਹਨਾਂ ਨੂੰ ਵੀ ਘੋਸਲੇ ਬਣਾ ਕੇ ਦੇ ਰਹੇ ਨੇ ਵੀ ਪੁੰਨ ਦਾ ਕੰਮ ਹੈ, ਪਰ ਇਹਨਾਂ ਦੇ ਪੋਹ ਦੇ ਮਹੀਨੇ ਜਿਹੜਾ ਕੰਮ ਇਹਨਾਂ ਨੇ ਕਰਿਆ ਇਹ ਬਿਲਕੁਲ ਨਿੰਦਣਯੋਗ ਹੈ। ਅਸੀਂ ਬਹੁਤ ਇਸ ਗੱਲ 'ਤੇ ਆਪਣੇ ਆਪ 'ਤੇ ਬਹੁਤ ਠੰਡ ਪੈ ਰਹੀ ਹੈ ਮੈਡਮ, ਇਹਨਾਂ ਦਾ ਜੇ ਘਰ ਜਾੜਿਆ ਗਿਆ ਤਾਂ ਕੋਈ ਇਹਨਾਂ ਨੂੰ ਜਗ੍ਹਾ ਵਗੈਰਾ ਦਿੱਤੀ ਗਈ? ਕੁਛ ਵੀ ਨਹੀਂ ਦਿੱਤਾ ਗਿਆ ਇਹਨਾਂ ਨੂੰ, ਇਹਨਾਂ ਨੂੰ ਜਗ੍ਹਾ ਦੇ ਕੇ ਫਿਰ ਚਲੋ ਜੇ ਉਸ ਜਗ੍ਹਾ ਦੇ ਉੱਤੇ ਕੁਛ ਬਣਾਉਣਾ ਸੀ, ਇੱਕ ਟੋਭਾ ਰੋਕ ਕੇ ਸੱਥ ਦੀ ਜਗ੍ਹਾ, ਉਹ ਇਹਨਾਂ ਇਹ ਨਹੀਂ ਵੀ ਕਿ ਇੱਕ ਭਾਈਚਾਰੇ ਦੀ ਹੈ, ਸਹਿਮਤੀ ਨਾਲ ਸਾਰਿਆਂ ਨੂੰ ਇਹ ਵੰਡ ਕੇ ਦਿੱਤੀ ਜਾਣੀ ਚਾਹੀਦੀ ਸੀ। ਚਲੋ ਇਹ ਵੀ ਬੈਠੇ ਨੇ ਗਰੀਬ, ਜੇ ਕੋਈ ਮਸਲਾ ਇਹਨਾਂ ਨੇ ਦੇਖਣਾ ਸੀ ਵੀ ਇੱਥੇ ਜਗ੍ਹਾ ਕੋਈ ਤੰਗੀ ਹੈ ਵੀ ਆਪਾਂ ਨੇ ਕੁਛ ਹੋਰ ਬਣਾਉਣਾ, ਤਾਂ ਇਹਨਾਂ ਵਾਸਤੇ ਕਿਤੇ ਜਗ੍ਹਾ ਦਾ ਪ੍ਰਬੰਧ ਕਰਕੇ ਫਿਰ ਹੀ ਇਹਨਾਂ ਨੂੰ ਚੱਕਣਾ ਸੀ। ਪਰ ਮੈਂ ਇੱਕ ਗੱਲ ਤਾਂ ਪ੍ਰਸ਼ਾਸਨ ਵਾਸਤੇ ਵੀ ਮੈਂ ਬਹੁਤ ਵੱਡੀ ਨਿੰਦਣਯੋਗ ਹੈ, ਪ੍ਰਸ਼ਾਸਨ ਦੀ ਗੱਲ ਵੀ ਉਹਨੇ ਪ੍ਰਸ਼ਾਸਨ ਆਇਆ, ਪ੍ਰਸ਼ਾਸਨ ਨੇ ਇਹ ਨਹੀਂ ਕਿਹਾ ਵੀ ਇਹਨਾਂ ਨੂੰ ਕੋਈ ਮੁਹਲਤ ਦੇ ਦਿਓ 5 ਦਿਨ ਦੀ 10 ਦਿਨ ਦੀ ਵੀ ਇਹਨਾਂ ਦਾ ਅੱਗੇ ਕੋਈ ਟਿਕਾਣਾ ਬਣਾ ਕੇ ਫਿਰ ਹੀ ਚੱਕਿਆ ਜਾਵੇ। ਕੋਈ ਟਾਈਮ ਨਹੀਂ ਦਿੱਤਾ, ਕੋਈ ਟਾਈਮ ਵੀਡੀਓ ਵੀ ਆ ਗਿਆ, ਇੱਥੇ ਪੁਲਿਸ ਪ੍ਰਸ਼ਾਸਨ ਵੀ ਆਇਆ, ਸਭ ਆਏ ਨੇ, ਕਿਸੇ ਨੇ ਕੋਈ ਇਹਨਾਂ ਨੂੰ ਟਾਈਮ ਨਹੀਂ ਦਿੱਤਾ। ਅੱਜ ਚੱਕੇ ਪਿੰਡ ਦੀ ਵੋਟ ਬਣੀ ਹੋਈ ਹੈ ਕਾਫੀ ਟਾਈਮ ਤੋਂ, ਮੈਨੂੰ 40 ਸਾਲ ਹੋ ਗਏ ਇੱਥੇ ਪਟਿਆਲੇ 'ਚ ਮੇਰੇ ਮੈਰਿਜ ਹੋਈ ਨੂੰ, ਮੈਂ ਬਹੁਤ ਚਿਰ ਤੋਂ ਇਹਨਾਂ ਨੂੰ ਦੇਖ ਰਹੀ ਹਾਂ ਇੱਥੇ, ਘੱਟੋ ਘੱਟ 10-12 ਸਾਲ ਹੋ ਗਏ ਮੈਨੂੰ ਇੱਥੇ ਦੇਖਦੀ, ਇੱਥੇ ਇਹ ਬੱਚੇ ਜੰਮੇ ਪਲੇ ਨੇ, ਛੋਟੇ ਛੋਟੇ ਮੈਂ ਦੇਖ ਰਹੀ ਹਾਂ ਇੱਥੇ। ਇਹ ਤਾਂ ਸਮਾਨ ਇਹਨਾਂ ਦਾ ਕੱਟਤਾ, ਬਾਹਰ ਇਹਨਾਂ ਨੂੰ ਰਹਿਣ ਦਾ ਨਹੀਂ ਕੋਈ, ਇਹਨਾਂ ਦਾ ਕੋਈ ਰਹਿਣ ਦਾ ਜਗਾੜ ਨਹੀਂ। ਪ੍ਰਸ਼ਾਸਨ ਤੋਂ ਅਪੀਲ ਕਰਦੇ ਹਾਂ ਕਿ ਪ੍ਰਸ਼ਾਸਨ ਨੇ ਐਡੀ ਘਿਨਾਉਣੀ ਹਰਕਤ ਜਿਹੜੀ ਕੀਤੀ ਹੈ ਇਹ ਬਿਲਕੁਲ ਨਹੀਂ ਕਰਨੀ ਚਾਹੀਦੀ ਸੀ। ਜਦੋਂ SHO ਸਾਹਿਬ ਆਏ ਨੇ, BDO ਸਾਹਿਬ ਆਏ ਨੇ ਇੱਥੇ, ਉਹਨਾਂ ਨੇ ਦੇਖਣਾ ਸੀ ਵੀ ਇਹ ਛੋਟੇ ਛੋਟੇ ਬੱਚਿਆਂ ਦਾ ਹੈ ਵੀ ਇਹਨਾਂ ਦਾ ਹਿੱਲਾ ਕੀ ਹੋਊਗਾ, ਇੰਨੀ ਕੜਾਕੇ ਦੀ ਠੰਡ ਦੇ ਵਿੱਚ ਲੈ ਕੇ ਬੱਚੇ ਨੂੰ ਕਿੱਥੇ ਜਾਣਗੇ? ਸ਼ਿੰਦਰਪਾਲ ਮੈਂਬਰ ਸਰਪੰਚ ਸਾਹਿਬ ਦਾ ਭਰਾ ਜੀ, ਮੈਂ ਨਾਲ ਹੀ ਰਹਿਣਾ ਹਰ ਟਾਈਮ, ਜੋ ਵੀ ਗੱਲ ਹੈ ਕੋਈ ਦਿੱਕਤ ਨਹੀਂ, ਸਰਪੰਚ ਸਾਹਿਬ ਅੱਜ ਬਾਹਰ ਨੇਗੇ ਜਿਸ ਕਰਕੇ ਤੁਹਾਡੇ ਨਾਲ ਨਹੀਂ ਉਹਨਾਂ ਦੀ ਅਟੈਚਮੈਂਟ ਹੋਈ, ਜੋ ਵੀ ਤੁਸੀਂ ਹੈ ਗੱਲਬਾਤ ਦੱਸ ਸਕਦੇ। ਜਿਹੜਾ ਪੱਟੀਆਲ ਕਲਾ ਜਿਹੜਾ ਬਾਗੜੀ ਲੋਹਾਰ ਦੇ ਭਾਈਚਾਰੇ ਨੂੰ ਜਿਹੜਾ ਪੰਚਾਇਤ ਜ਼ਮੀਨ ਤੋਂ ਕੱਢਿਆ ਜਾ ਰਿਹਾ ਹੈ, ਮਸਲਾ ਜੀ ਕੀ ਕਹਿਣਾ ਚਾਹੁੰਦੇ? ਮਸਲਾ ਇਹ ਜੀ, ਬਾਗੜੀ ਪਹਿਲਾਂ ਕਪਿਆਲ ਪਿੰਡ ਰਹੇ ਸੀ, ਉਸ ਤੋਂ ਬਾਅਦ ਨਾਰਾਇਣਗੜ੍ਹ ਰਹਿੰਦੇ ਸੀ, ਨਾਲ ਹੀ ਪਿੰਡ ਹੈਗਾ, ਅਤੇ ਇਹਨਾਂ ਦਾ ਕੰਮ ਕੀ ਸੀ, ਡੰਗਰ ਪਛੂ ਲਿਆ ਕੇ ਬਾਹਰਲੇ ਪਿੰਡਾਂ ਦੇ ਵਿੱਚੋਂ ਪਿੰਡ ਦੇ ਵਿੱਚ ਛੱਡ ਦਿੰਦੇ ਸੀ, ਅਤੇ ਉਸ ਤੋਂ ਬਾਅਦ ਉੱਥੋਂ ਚਲੋ ਨਾਰਾਇਣਗੜ੍ਹ ਦੇ ਲੋਕਾਂ ਨੇ ਇਹਨਾਂ ਨੂੰ ਕੱਢਤਾ, ਅਤੇ ਸਾਡਾ ਇੱਕ ਮੈਂਬਰ ਸੀ ਉਹ ਆ ਕੇ ਸਰਪੰਚ ਸਾਹਿਬ ਨੂੰ ਕਹਿੰਦੇ ਵੀ ਇਹਨਾਂ ਨੂੰ ਆਪਾਂ ਬਿਠਾਉਣਾ, ਅਸੀਂ ਜਗ੍ਹਾ ਦੇ ਦਿੱਤੀ ਇਹਨਾਂ ਨੂੰ, ਹੁਣ ਇਹ ਕਾਫੀ ਟਾਈਮ ਤੋਂ ਬੈਠੇ ਤੇ, ਪਿਛਲੇ ਮੰਡੀ ਦੇ ਸੀਜ਼ਨ 'ਚ ਕਹਿੰਦੇ ਵੀ ਸਾਡੇ ਉੱਪਰ ਕਰਜ਼ਾ ਪੈਂਦਾ, ਅਸੀਂ ਇਹਨਾਂ ਨੂੰ 2-3 ਸਮੇਂ ਜਗ੍ਹਾ ਦਿਖਾਈ, ਇਹ ਕਹਿੰਦੇ ਨਹੀਂ ਅਸੀਂ ਕਿਤੇ ਨਹੀਂ ਬੈਠਣਾ, ਉਰੀ ਰਹਿਣਾ। ਅਸੀਂ ਕਿਹਾ ਚਲੋ ਠੀਕ ਹੈ,
ਹੁਣ ਮੈਟਰ ਕੀ ਸੀ, ਇੱਕ ਉੱਥੇ ਧਰਮਸ਼ਾਲਾ ਪਾਉਂਦੀ ਸੀ, ਇਹਨਾਂ ਨੂੰ ਸਿਰਫ 2 ਫੁੱਟ ਜਗ੍ਹਾ ਦਾ ਸੀ। ਇਹਨਾਂ ਨੂੰ ਇਹ ਕਹਿ ਦਿਓ ਵੀ 2 ਫੁੱਟ ਤੁਸੀਂ ਮੰਡੀ ਵੱਲ ਨੂੰ ਹੋ ਜਾਓ ਅੱਗੇ, ਅਤੇ ਇਹਨਾਂ ਦੀ ਜਿਹੜੀ ਜਗ੍ਹਾ ਮਿਣਤੀ ਦੇ ਵਿੱਚ ਪੂਰੀ ਹੋ ਜੂ। ਪਰ ਇਹ ਥੋੜ੍ਹੇ ਜਿਹੇ ਦੂਜੇ ਧੜੇ ਦੇ ਹੱਥ ਦੇ ਚੜ੍ਹ ਕੇ, ਐਂਟੀ ਪਾਰਟੀਆਂ ਦੇ ਚੜ੍ਹ ਕੇ ਇਹ ਸਰਪੰਚ ਸਾਹਿਬ ਦੇ ਉਲਟ ਚੱਲਣ ਲੱਗ ਗਏ, ਲੋਕਾਂ ਕੋਲ ਉਹਨਾਂ ਨੂੰ ਮਤਲਬ ਕਿ ਉਲਟੀਆਂ ਗੱਲਾਂ ਕਰਨੀਆਂ। ਫਿਰ ਕੁਛ ਪਿੰਡ ਦੇ ਵਿੱਚੋਂ ਜਿਹੜੇ ਗਰੀਬ ਜਨਤਾ ਜਿੱਥੇ ਰਹਿੰਦੇ ਨੇ ਵਿਹੜੇ ਵੱਲ, ਰਮਦਾਸੀਆ ਭਾਈਚਾਰੇ ਦੀ ਉੱਧਰ ਜਗ੍ਹਾ ਹੈਗੀ ਜਿੱਥੇ ਰਹਿੰਦੇ ਨੇ ਮੰਡੀ ਦੇ ਵੱਲ, ਉੱਥੇ ਜਦੋਂ ਕੋਈ ਸੰਸਕਾਰ ਹੁੰਦਾ ਸੀ ਇਹ ਉਹਨਾਂ ਨੂੰ ਕਹਿੰਦੇ ਕਿ ਸਾਡੇ ਇੱਥੇ ਬੈਠ ਕੇ ਰੋਣਾ ਨਹੀਂ ਕਿਸੇ ਨੇ, ਵੀ ਉਹ ਕਹਿੰਦੇ ਵੀ ਸਾਡੀ ਜਦੋਂ ਪੁਰਾਣੀ ਜਗ੍ਹਾ ਅਸੀਂ ਤਾਂ ਉਰੀ ਆਉਣਾ ਹੈਗਾ, ਉਰੀ ਸੰਸਕਾਰ ਕਰਨਾ। ਤਾਂ ਕਰਕੇ ਇਹਨਾਂ ਨੇ ਆਪਦੇ ਆਪ ਹੀ ਪਿੰਡ ਦੇ ਵਿੱਚ ਜਿਹੜਾ ਵੈਰ ਵਿਰੋਧ ਹੈ ਬਹੁਤ ਹੀ ਜ਼ਿਆਦਾ ਵਧਾ ਰੱਖਿਆ ਸੀਗਾ, ਤਾਂ ਕਰਕੇ ਲੋਕ ਇਹਨਾਂ ਦੇ ਉਲਟ ਹੋਏ ਹੋਏ ਨੇ। ਉੱਥੇ ਥੋੜ੍ਹਾ ਜਿਹਾ ਉਹਨਾਂ ਦਾ ਕੰਮ ਚੱਲ ਰਿਹਾ ਹੈਗਾ ਧਰਮਸ਼ਾਲਾ ਦਾ, ਅਤੇ ਇਹ ਬਸ ਥੋੜ੍ਹਾ ਜਿਹਾ ਮੈਟਰ ਹੈ, ਹੋਰ ਕਿਸੇ ਨੇ ਇਹਨਾਂ ਨੂੰ ਕੋਈ ਠਾਲਣ ਵਾਸਤੇ ਨਹੀਂ ਕਿਹਾ। ਅਤੇ ਉਸ ਤੋਂ ਬਾਅਦ ਇੱਕ ਦਿਨ ਇਹਨਾਂ ਦੀ ਵਿਹੜੇ ਦੇ ਵਿੱਚ ਲੋਕਾਂ ਨਾਲ ਆਪਸ ਦੇ ਵਿੱਚ ਥੋੜ੍ਹੀ ਜਿਹੀ ਤੂੰ ਮੈਂ ਹੋ ਗਈ ਸੀ। ਉਸ ਤੋਂ ਬਾਅਦ ਥਾਣੇ ਗੱਲ ਵਾ ਕਿ ਚਲੋ ਸਰਪੰਚ ਸਾਹਿਬ ਕਹਿੰਦੇ ਵੀ ਕਿਤੇ ਹੋਰ ਜਗ੍ਹਾ ਦਿਖਾ ਦਿੰਦੇ ਆਪਾਂ ਇਹਨਾਂ ਨੂੰ, ਪਿੰਡ ਦੇ ਵਿੱਚ ਹੋਰ ਵੀ 2-3 ਥਾਵੇਂ ਜਗ੍ਹਾ ਦਿਖਾਈ, ਪਰ ਇਹ ਬੈਠਣ ਦੇ ਲਈ ਤਿਆਰ ਨਹੀਂ ਹੋਏ, ਆਪ ਹੀ ਮਨਾ ਕਰ ਦਿੰਦੇ ਨੇਗੇ। ਨਹੀਂ, ਸਰਪੰਚ ਸਾਹਿਬ ਤਾਂ ਕਿਸੇ ਨੂੰ ਵੀ ਇਹ ਗੱਲ ਕਹਿੰਦੇ ਨਹੀਂ ਵੀ ਤੁਸੀਂ ਸਮਾਨ ਚੱਕ ਕੇ ਵਗ ਜਾਓ ਸਾਡੇ ਪਿੰਡੋਂ ਜਾਂ ਹੋ ਕਰੋ, ਉਹ ਸਿਰਫ ਇਹ ਕਹਿੰਦੇ ਵੀ ਤੁਸੀਂ ਜਗ੍ਹਾ ਚੇਂਜ ਕਰਨ ਵਾਸਤੇ ਕਹਿ ਰਹੇ ਨੇ। ਨਹੀਂ, ਉਹ ਜਿਹੜੇ ਘਰ ਚੱਕੇ ਨੇ ਉਹ ਵੀ ਸਰਪੰਚ ਨੇ ਤਾਂ ਨਹੀਂ ਚੱਕੇ ਹੈਗੇ, ਜਾਂ ਪੰਚਾਇਤ ਨੇ ਤਾਂ ਨਹੀਂ ਉਹਨਾਂ ਨੂੰ ਕਿਹਾ ਵੀ ਚੱਕੋ ਜਾਂ ਉਹ ਕਰੋ, ਸਿਰਫ ਉਹਨਾਂ ਨੂੰ ਜਗ੍ਹਾ ਚੇਂਜ ਕਰਨ ਵਾਸਤੇ ਕਹਿੰਦੀ, ਜਾਂ ਥੋੜ੍ਹਾ ਜਿਹਾ ਅੱਗੇ ਨੂੰ ਹੋਣ ਵਾਸਤੇ। ਤੁਸੀਂ ਧਿਆਨ ਦੇ ਵਿੱਚ ਲਿਆ ਇਸ ਨੂੰ, ਉਹਨਾਂ ਨੂੰ ਕੋਈ ਘਰ ਵਗੈਰਾ ਦਿਵਾਉਂਦੇ? ਅਸੀਂ ਉਹਨਾਂ ਨੂੰ ਜਗ੍ਹਾ ਦਿਖਾਈ ਹੈ, ਵੀਡੀਓ ਸਾਹਿਬ ਸਾਰੇ ਆਈ ਏ ਆਪਣਾ ਡਿਪਾਰਟਮੈਂਟ ਜੀ, ਜਗ੍ਹਾ ਇਹਨਾਂ ਨੂੰ 3 ਥਾਵੇਂ ਦਿਖਾਤੀ, ਪਰ ਇਹ ਕਿਤੇ ਬੈਠਣ ਨੂੰ ਮੰਨਣ ਨੂੰ ਤਿਆਰੀ ਨਹੀਂ, ਆਪਦੀ ਮਰਜ਼ੀ ਕਰਦੇ ਨੇ। ਦੂਜੇ ਕਹਿੰਦੇ ਨੇ ਸਾਨੂੰ ਸਰਕਾਰੀ ਪਲਾਟ ਕੱਟ ਕੇ ਦਿੱਤੇ ਜਾਣ, ਇਹ ਕੋਈ ਕਾਨੂੰਨ ਨਹੀਂ ਹੈਗਾ, ਕਿਉਂਕਿ ਸਾਡੇ ਪਿੰਡ ਦੇ ਵਿੱਚ 100 ਘਰ ਤਕਰੀਬਨ ਪਹਿਲੇ ਹੀ ਇੱਦਾਂ ਹੀ ਬੈਠਾ ਹੈਗਾ, ਕੋਈ ਕਿਰਾਏ 'ਤੇ ਬੈਠਾ, ਕੋਈ ਕਿਵੇਂ ਬੈਠਾ ਹੈ, ਵੀ ਅਸੀਂ ਨਹੀਂ ਪਲਾਟ ਕੱਟ ਕੇ ਦੇ ਸਕਦੇ, ਕਿਉਂਕਿ ਉਹ ਜੇ ਅੱਜ ਇਹਨਾਂ ਨੂੰ ਦਿੰਦੇ ਇਹ ਤਾਂ ਹਜੇ 6 ਮਹੀਨਿਆਂ ਤੋਂ ਆਏ ਨੇ, ਉਹ 100 ਸਾਲ ਤੋਂ ਰਹਿੰਦੇ ਨੇ, ਉਹ ਕਹਿਣਗੇ ਕਿ ਇਹਨਾਂ ਨੂੰ ਪਲਾਟ ਦੇ ਤੇ ਅਤੇ ਸਾਨੂੰ ਕਿਉਂ ਨਹੀਂ ਦਿੱਤੇ ਹੁਣ ਤੱਕ, ਕਿਉਂਕਿ ਸਾਨੂੰ ਕੱਢਣ ਦੀ ਆੜ 'ਚ ਜਿਹੜੀ ਸਰਕਾਰੀ ਮੋਟਰ ਹੈ ਉਹ ਵੀ ਕੱਢੀ ਗਈ। ਨਹੀਂ ਨਹੀਂ, ਮੋਟਰ ਦਾ ਕੋਈ ਮੈਟਰ ਨਹੀਂ, ਮੋਟਰ ਉੱਥੇ ਲੱਗੀ ਹੋਈ ਸੀ, ਇਹ ਕੁੰਡੀਆਂ ਚਲਾ ਕੇ ਭਰਦੇ ਚਲਾਉਂਦੇ ਸੀ ਉਸਨੂੰ, ਜੇ ਉਹ ਜਦੋਂ ਮੋਟਰ ਸਰਕਾਰੀ ਹੈ ਉਹ ਤਾਂ ਜੁਰਮਾਨਾ ਤਾਂ ਪੰਚਾਇਤ ਨੂੰ ਪਊ, ਜੇ ਉਹ ਕੱਲ੍ਹ ਉਹਦੇ ਕੋਈ ਫੜਤ ਹੋ ਜਾਂਦੀ ਹੈ। ਸਿਰਫ ਇਹਨਾਂ ਨੂੰ ਇਹ ਕਿਹਾ ਜਾਂਦਾ ਸੀ ਤੁਸੀਂ ਵੀ ਆਪਦਾ ਕੋਈ ਟੂਟੀ ਵਗੈਰਾ ਜਾਓ, ਪਾਣੀ ਦਾ ਪ੍ਰਬੰਧ ਜਿਵੇਂ ਮਰਜ਼ੀ ਕਰੋ। ਤੁਹਾਡੇ ਵੈਸੇ ਪਿੰਡ ਵਾਸੀ ਨਹੀਂ ਹੈ ਫਿਰ? ਨਹੀਂ, ਪਿੰਡ ਵਾਸੀ ਕੋਈ ਨਹੀਂ ਹੈਗੇ ਜੀ। ਆਧਾਰ ਕਾਰਡ ਤਾਂ ਉਹਨਾਂ ਦੇ ਬਾਪ ਦਾਦੇ ਪਹਿਲਾਂ ਵੀ ਜਿਵੇਂ ਆਉਂਦੇ ਜਾਂਦੇ ਸੀ ਉਹ ਬਣਵਾ ਲੈਂਦੇ ਨੇ ਲੋਕ, ਅੱਜ ਕੱਲ੍ਹ ਸਾਰਾ ਕੁਛ ਚੱਲਦੀ ਰਹਿੰਦਾ ਗਾ, ਸਾਨੂੰ ਪਤਾ ਹੀ ਹੈ।